ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਤੇ KST ਫਿਲਮ 'ਚ ਸਾਰਿਆਂ ਦਾ ਸਵਾਗਤ ਹੈ ਜੀ। ਆਓ ਜੀ, ਅੱਜ ਤੁਹਾਨੂੰ ਆਪਾਂ ਸੈਰ ਕਰਾਉਣ ਲੱਗੇ ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ, ਇੱਕ ਮੈਗਾ ਸਿਟੀ ਪੰਜਾਬ ਦਾ, ਇੱਕ ਟੂਰਿਸਟ ਹੱਬ ਜਿੱਥੇ ਬਾਬਿਆਂ ਦੀ ਅਪਾਰ ਕਿਰਪਾ ਵਾ ਜੀ, ਸ਼੍ਰੀ ਗੁਰੂ ਰਾਮਦਾਸ ਜੀ ਦੀ ਨਗਰੀ, ਜਿੱਥੇ ਅੱਜ ਕੱਲ੍ਹ ਬਹੁਤ ਸਾਰੀਆਂ ਰਿਕ੍ਰੀਏਸ਼ਨਲ ਸੈਂਟਰਸ ਬਣ ਚੁੱਕੇ ਨੇ, ਟੂਰਿਸਟ ਹੱਬ ਬਣ ਚੁੱਕੇ ਆ ਜੀ ਅੰਮ੍ਰਿਤਸਰ ਪੰਜਾਬ ਦੀ। ਇਹ ਨਿਊ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਗੇਟ ਆ, ਸੁਨਹਿਰੀ ਗੋਲਡਨ ਗੇਟ, ਸਵਾਗਤ ਕਰਦਾ ਸਾਰੇ ਯਾਤਰੀਆਂ ਦਾ ਇੱਥੇ ਪਹੁੰਚਣ 'ਤੇ। ਸੋਹਣੀਆਂ ਸੋਹਣੀਆਂ ਲਾਈਟਾਂ, ਸੋਹਣਾ ਸੋਹਣੀ ਗੁਰਬਾਣੀ ਲਿਖੀ ਹੋਈ ਹੈ ਜਗ੍ਹਾ ਜਗ੍ਹਾ 'ਤੇ। ਅੰਮ੍ਰਿਤਸਰ ਸਾਹਿਬ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਹੈ। ਸੋਹਣੀਆਂ ਬੱਸਾਂ ਇੱਥੋਂ ਦਿੱਲੀ ਨੂੰ, ਚੰਡੀਗੜ੍ਹ ਨੂੰ, ਲੁਧਿਆਣਾ, ਜਲੰਧਰ ਨੂੰ ਜਾਂਦੀਆਂ ਨੇ। ਸੋਹਣੇ ਹਾਈਵੇ, ਸੋਹਣੀਆਂ ਬਿਲਡਿੰਗਾਂ, ਸੋਹਣਾ ਵਾਤਾਵਰਨ, ਸੋਹਣੇ ਜਿਹੇ ਇੱਕ ਹੋਟਲ 'ਚ ਸਾਰਿਆਂ ਨੂੰ ਆਪਾਂ ਲੈ ਕੇ ਆਏ ਹਾਂ ਹਵਾਈ ਅੱਡੇ 'ਤੇ। ਇਹਦੀ ਜਿਹੜੀ ਲੋਕੇਸ਼ਨ ਆ ਹਵੇਲੀ ਤੋਂ ਜਸਟ 200 ਮੀਟਰ ਪਿੱਛੇ ਆਪੋਜਿਟ ਡਾਇਰੈਕਸ਼ਨ 'ਤੇ ਇਹਦਾ ਬੋਰਡ ਲੱਗਾ ਵਾ, ਹਵੇਲੀ ਦੇ ਬਾਹਰ ਇਹ ਬੋਰਡ ਆ, ਅਤੇ ਇੱਥੇ ਆਉਂਦਾ ਵਾ ਜੀ ਇੱਕ ਬ੍ਰਦਰਸ ਢਾਬਾ, ਉਹਦੇ ਸਾਹਮਣੇ ਆ ਜੀ ਇਹ ਹਵਾਈ ਅੱਡਾ ਜਿੱਥੇ ਇੱਕ ਜਹਾਜ਼ ਰੱਖਿਆ ਵਾ। ਇਹ ਰੀਅਲ ਜਹਾਜ਼ ਆ, ਇਹ ਰੀਅਲ ਜਹਾਜ਼ ਆ, ਅਤੇ ਰੀਅਲ ਤੁਹਾਨੂੰ ਇਹਦੇ 'ਚ ਭੋਜਨ ਮਿਲਦਾ ਵਾ, ਅਤੇ ਵੈੱਜ ਭੋਜਨ ਆ ਜੀ। ਐਂਟਰੀ 'ਤੇ ਹੀ ਬੱਚਿਆਂ ਵਾਸਤੇ ਬਣਿਆ ਹੋਇਆ ਵਾ ਜੀ, ਇੱਕ ਕੰਪਾਰਟਮੈਂਟ ਬਣਿਆ ਵਾ ਜਿਹਦੇ ਅੰਦਰ ਬੱਚੇ ਨੂੰ ਐਂਟਰ ਕਰ ਦਿੰਦੇ ਆ, ਅਤੇ ਨਾਲ ਬੈਲੂਨ ਨੱਚਦੇ ਆ, ਨਾਲ ਬੱਚਾ ਨੱਚਦਾ, ਵੇਖੋ ਤੁਸੀਂ ਨੱਚਦਾ ਵੇਖ ਸਕਦੇ ਜੀ। ਇਹ ਸਮਝੋ ਵੀ ਮੈਂ ਹੁਣ ਏਅਰਪੋਰਟ 'ਤੇ ਖੜਾ ਹਾਂ ਜੀ, ਏਅਰਪੋਰਟ 'ਤੇ ਸਾਹਮਣੇ ਬੋਰਡਿੰਗ ਪਾਸ ਮਿਲਦੇ ਨੇ। ਆਹ ਉਹ ਜਗ੍ਹਾ ਵਾ ਜਿੱਥੋਂ ਤੁਹਾਨੂੰ ਭੋਜਨ ਦੀ ਸਪਲਾਈ ਹੋਣੀ ਆ, ਇਹ ਉਹ ਜਗ੍ਹਾ ਜਿੱਥੇ ਤੁਸੀਂ ਬਹਿਣਾ ਵਾ, ਅਤੇ ਆਹ ਉਹ ਏਰੀਆ ਵਾ ਲੰਘਣ ਵਾਲਾ ਜਿੱਥੋਂ ਤੁਸੀਂ ਲੰਘ ਕੇ ਅੰਦਰ ਜਾਣਾ ਵਾ। ਬਹੁਤ ਸਾਰੇ ਯਾਤਰੀ ਆਣ ਕੇ ਅਤੇ ਆਨੰਦ ਮਾਣਦੇ ਨੇ। ਇੱਥੋਂ ਤੁਸੀਂ ਟਿਕਟ ਲੈਣੀ ਆ ਜੀ 200 ਰੁਪਈਆ ਪਰ ਹੈੱਡ, ਇੱਕ ਬੰਦੇ ਦੀ 200 ਰੁਪਈਆ ਟਿਕਟ ਮਿਲਣੀ ਆ। ਜੇ 5 ਬੰਦੇ ਆ ਤਾਂ 200-200 ਦੀ ਕੋਈ ਪਲੈਨ ਨਹੀਂ ਹੈਗਾ, 200 ਤੁਹਾਨੂੰ ਲੈਣਾ ਹੀ ਪੈਣਾ ਵਾ, ਫਿਰ ਤੁਹਾਨੂੰ 1000 ਰੁਪਈਆ ਲੈਣਾ ਪਏਗਾ 5 ਬੰਦਿਆਂ ਦੇ। ਅੰਦਰ ਐਂਟਰ ਹੁੰਦੇ ਸੀ ਬਹੁਤ ਸੋਹਣਾ ਇੱਕ ਕੰਪਾਰਟਮੈਂਟ ਆਉਂਦਾ ਵਾ ਜਿੱਥੇ ਤੁਸੀਂ ਬਹਿ ਕੇ ਫਾਸਟ ਫੂਡ ਵਗੈਰਾ ਜਾਂ ਕੋਈ ਵੀ ਚੀਜ਼ ਖਾ ਪੀ ਸਕਦੇ ਜੇ, ਖੁੱਲ੍ਹਾ ਡੁੱਲਾ ਵਾਤਾਵਰਨ ਆ। ਇੱਥੋਂ ਆਪਾਂ ਤਾਂ ਛੱਡ ਕੇ ਅਤੇ ਅਸੀਂ ਸਾਡੀ ਐਂਟਰੀ ਮੇਨ ਜਹਾਜ਼ ਦੇ ਕਾਰਪੋਰੇਟ ਵਿੱਚ ਹੋ ਜਾਣੀ ਆ, ਜਿਹੜਾ ਯਾਤਰੀਆਂ ਨਾਲ ਭਰਿਆ ਰਹਿੰਦਾ ਹਰ ਵੇਲੇ। ਸਾਡੀ ਐਗਜ਼ਿਟ ਵੀ ਇੱਥੋਂ ਹੀ ਹੋਣੀ ਹੈ, ਸਾਡੀ ਐਂਟਰੀ ਵੀ ਇੱਥੇ ਹੋਣੀ ਹੈ। ਇਹ ਉਹ ਬਕਾਇਦਾ ਜਾਂ ਏਅਰਪੋਰਟ 'ਤੇ ਲੱਗੇ ਹੁੰਦੇ ਆ, ਸਾਰੇ ਸਿਸਟਮ ਤਿਆਰ ਕੀਤੇ ਨੇ। ਮੈਂ ਸੋਚਿਆ ਅਸੀਂ ਫੀਲ ਲੈ ਲੈਂਦੇ ਥੋੜ੍ਹੀ ਜਿਹੀ, ਅੰਦਰ ਸਾਡੀ ਐਂਟਰੀ ਹੋ ਗਈ ਹੈ ਜੀ। ਠੰਡਾ ਠੰਡਾ ਮੌਸਮ ਆ, ਏਸੀ ਫੁੱਲ ਲੱਗੇ ਨੇ, ਏਅਰ ਹੋਸਟੈਸ ਕੀ, ਪਾਇਲਟ ਕੀ, ਜੋ ਵੀ ਜਿੰਨੇ ਕਰੂ ਮੈਂਬਰ ਆ ਸਾਰੇ ਅੰਦਰ ਤੁਰੇ ਫਿਰ ਰਹੇ ਨੇ, ਅਤੇ ਬਕਾਇਦਾ ਕੇਅਰ ਕਰਦੇ ਆ ਜੀ ਯਾਤਰੀਆਂ ਦੀ। ਹੁਣ ਫੂਡ ਮੈਨੂ ਦੀ ਗੱਲ ਕਰੀਏ, ਤੁਹਾਨੂੰ ਹੁਣ ਦੱਸਦੇ ਹਾਂ ਵੀ ਜੇਬ 'ਤੇ ਕਿੰਨਾ ਕੁ ਭਾਰੀ ਪੈਂਦਾ ਵਾ। ਇੱਕ ਬੰਦਾ ਜਾਊਗਾ ਤਾਂ ਥੋੜ੍ਹਾ ਜਿਹਾ ਭਾਰੀ ਲੱਗਣਾ,
ਦੋ ਬੰਦੇ ਜਾਓਗੇ ਥੋੜ੍ਹਾ ਘੱਟ ਭਾਰੀ ਲੱਗਣਾ, ਤਿੰਨ ਬੰਦੇ ਜਾਓਗੇ ਥੋੜ੍ਹਾ ਜਿਹਾ ਹੋਰ ਘੱਟ ਭਾਰੀ ਲੱਗਣਾ, ਚਾਰ ਜਾਓਗੇ ਹੋਰ ਘੱਟ, ਪੰਜ ਜਾਓਗੇ ਫਿਰ ਬਹੁਤ ਭਾਰੀ, ਫਿਰ ਭਾਰੀ ਫਿਰ ਹੋਣ ਲੱਗ ਪੈਣਾ। ਮਤਲਬ ਇਹ ਆ ਵੀ ਇੱਕ ਬੰਦੇ ਨੂੰ ਜਿੱਦਾਂ ਹੁਣ ਦੱਸਣੇ ਆ ਤੁਹਾਨੂੰ ਵੱਖ ਵੱਖ ਰੇਟ ਲਿਖੇ ਆ ਪੁਆਇੰਟਾਂ ਦੇ ਜੋ ਫੂਡ ਸਟਾਲ ਨੇ ਉਹਨਾਂ ਦੇ, ਅਤੇ ਆਪਾਂ ਇੱਕ ਮੇਨ ਭੋਜਨ ਚੁੱਕ ਲੈਂਦੇ ਹਾਂ ਜਿੱਦਾਂ ਸਾਡੇ ਕੋਲ ਦਾਲ ਮੱਖਣੀ ਮੇਨ ਹੁੰਦੀ ਹੈ, ਸਾਰੇ ਬੰਦੇ ਦਾਲ ਮੱਖਣੀ ਖਾਂਦੇ ਆ ਜੀ, 310 ਰੁਪਏ ਰੇਟ ਲਿਖਿਆ ਵਾ ਇੱਕ ਬਾਲਟੀ ਦਾ। ਹੁਣ ਇੱਕ ਬੰਦਾ ਜਾਊਗਾ ਤਾਂ ਉਹਨੂੰ ਬਾਲਟੀ ਲੈਣੀ ਆ, ਦੋ ਬੰਦੇ ਜਾਣਗੇ ਬਾਲਟੀ, ਤਿੰਨ ਚਾਰ ਬੰਦਿਆਂ ਵਾਸਤੇ ਨਫ ਹੁੰਦੀ ਆ, ਤਿੰਨ ਬੰਦੇ ਤਾਂ ਆਰਾਮ ਨਾਲ ਖਾ ਲੈਂਦੇ ਆ। ਅਤੇ ਹੁਣ ਜਿਹੜਾ ਦੱਸਣਾ ਵੀ ਰੇਟ ਕਿੱਦਾਂ ਡਿਸਾਈਡ ਕਰਦੇ ਆ, ਜਿੱਦਾਂ ਤੁਹਾਡਾ 200 ਰੁਪਇਆ ਇੱਕ ਬੰਦਾ ਗਿਆ ਵਾ, 200 ਰੁਪਇਆ ਉਹਨੇ ਬੋਟਿੰਗ ਪਾਸ ਲਿਆ ਵਾ, ਨਾਲ ਉਹਨੇ ਖਾ ਲਈ ਆ ਪ੍ਰਸ਼ਾਦਾ ਛਕ ਲਿਆ, ਉਹਨੇ ਦਾਲ ਲੈ ਲਈ ਆ, ਫੁਲਕੇ ਲੈ ਲਏ ਆ, ਜਿੰਨਾ ਬਿੱਲ ਉਹਦੇ ਵੱਧ ਬਣੇਗਾ ਉਹਦੇ ਵਿੱਚ 200 ਰੁਪਇਆ ਜਿਹੜਾ ਤੁਹਾਡਾ ਮਾਈਨਸ ਹੋ ਜਾਏਗਾ, ਉਹ ਜਿਹੜੀ ਫੀਸ ਹੈ ਉਹ ਐਡਜਸਟੇਬਲ ਆ। ਇਹ ਇੱਥੇ ਸਿਸਟਮ ਹੈ ਜੀ, ਅਤੇ ਇੱਕ ਵੱਖਰਾ ਤਜਰਬਾ ਹੁੰਦਾ ਵਾ, ਭਾਵੇਂ ਸਾਹਮਣੇ ਹਵੇਲੀ ਹੈਗੀ ਆ ਪਰ ਫਿਰ ਵੀ ਇੱਕ ਤਜਰਬਾ ਵੱਖਰਾ ਲੈਣ ਲਈ ਜਿਹੜੇ ਘੁੰਮਣ ਦੇ ਸ਼ੌਕੀਨ ਆ ਉਹਨਾਂ ਵਾਸਤੇ ਬਹੁਤ ਵਧੀਆ ਜਗ੍ਹਾ ਬਣੀ ਆ। ਨੂਡਲ ਵਗੈਰਾ, ਫਾਸਟ ਫੂਡ, ਫੂਡ, ਆਈਸਕ੍ਰੀਮਸ, ਮਿੱਠਾ, ਜੋ ਵੀ ਤੁਸੀਂ ਖਾਣਾ ਵਾ ਇੱਥੇ ਹਵਾਈ ਅੱਡੇ ਜਾਣ ਕੇ ਖਾ ਸਕਦੇ ਜੇ ਜੀ। ਜੰਡਿਆਲਾ ਗੁਰੂ ਤੋਂ ਬਾਅਦ ਤੁਸੀਂ ਪਹੁੰਚਣਾ ਵਾ, ਇੱਥੇ ਐਂਟਰੀ ਲੈਣੀ ਆ। ਆਹ ਵੇਖੋ ਪਾਇਲਟ ਸਾਹਿਬ ਵੀ ਆਏ ਨੇ, ਏਅਰ ਹੋਸਟੈਸ ਆਏ ਨੇ, ਹੋਰ ਕਰੂ ਮੈਂਬਰ ਤੁਰੇ ਫਿਰਦੇ ਰਹਿੰਦੇ ਆ, ਤੁਹਾਨੂੰ ਪੁੱਛਦੇ ਰਹਿੰਦੇ ਆ ਕਿੱਦਾਂ ਦਾ ਮਹਿਸੂਸ ਹੋਇਆ, ਕੀ ਤੁਸੀਂ ਖਾਣਾ ਵਾ, ਕੀ ਤੁਸੀਂ ਛਕਣਾ ਵਾ, ਸਤਿਕਾਰ ਤੁਹਾਡਾ ਪੂਰਾ ਕਰਦੇ ਆ ਜੀ। ਅੰਦਰ ਸੋਹਣੇ ਭਾਂਡੇ ਆ, ਹਾਓ ਲਾਈਟ ਵੇਟ ਆ, ਜੋ ਫਲਾਈਟ ਵਿੱਚ ਹੁੰਦੇ ਆ ਉੱਦਾਂ ਦੀ ਫੀਲਿੰਗ ਤੁਹਾਨੂੰ ਦੇਣ ਵਾਸਤੇ, ਕਿਉਂਕਿ ਫੀਲ ਤਾਂ ਰੀਅਲ ਆਉਣੀ ਆਉਣੀ, ਕਿਉਂਕਿ ਜੋ ਹਵਾਈ ਜਹਾਜ਼ ਹੀ ਰੀਅਲ ਆ ਤਾਂ ਫੀਲ ਤਾਂ ਰੀਅਲ ਤੁਹਾਨੂੰ ਆਏਗੀ ਹੀ ਆਏਗੀ। ਇਹ 4 ਸੀਟਾਂ ਜਿੱਦੇ ਹੁੰਦੀਆਂ ਇੱਕ ਬੰਨੇ ਆ, ਅਤੇ 6 ਸੀਟਾਂ ਇੱਕ ਬੰਨੇ ਹੁੰਦੀਆਂ ਵਾ, 4 ਵਾਲੇ ਮੈਂਬਰ ਵਾਲੇ ਪਰਿਵਾਰਕ ਅਤੇ 6 ਵਾਲੇ ਪਰਿਵਾਰਕ ਬੜੇ ਵਧੀਆ ਐਡਜਸਟਮੈਂਟ ਨਾਲ ਬਹਿ ਜਾਂਦੇ ਆ। ਮਸਾਲੇ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਨਾਲ ਦੇ ਦਿੰਦੇ ਆ, ਆਪਣੀ ਮਰਜ਼ੀ ਨਾਲ ਆਪਣੇ ਭੋਜਨ ਨੂੰ ਜ਼ਿਆਦਾ ਸਪਾਈਸੀ ਬਣਾਓ ਅਤੇ ਖਾਓ ਜਿਹੜੇ ਸ਼ੌਕੀਨ ਆ ਮਿਰਚ ਮਸਾਲੇ ਦੇ। ਆਹ ਵੇਖੋ ਆਹ ਯਾਤਰੀਆਂ ਨੂੰ ਵੇਖ ਕੇ ਰੂਹ ਖੁਸ਼ ਹੋ ਜਾਂਦੀ ਹੈ ਨਾ, ਤੁਰਨ ਵਿੱਚ ਸਮੱਸਿਆ ਵਾ ਪਰ ਫਿਰ ਵੀ ਘੁੰਮਣ ਨੂੰ ਤਰਜੀਹ ਦਿੰਦੇ ਆ, ਇੱਦਾਂ ਦੇ ਹੋਣੇ ਚਾਹੀਦੇ ਐਟੀਚਿਊਡ, ਫਿਰ ਹੀ ਆਪਾਂ ਅੱਜ ਦੀਆਂ ਮਿਲਾਵਟ ਵਾਲੇ ਯੁੱਗ 'ਚ, ਬਿਮਾਰੀਆਂ ਵਾਲੇ ਯੁੱਗ 'ਚ ਥੋੜ੍ਹਾ ਬਹੁਤਾ ਵਿਚਰ ਸਕਦੇ ਹਾਂ ਪੋਜ਼ਿਟਿਵ ਤਰੀਕੇ ਨਾਲ। ਰੱਬ ਦਾ ਨਾਂ ਲਓ ਅਤੇ ਘੁੰਮੋ ਨੂੰ ਟਾਈਮ ਦਿਓ ਥੋੜ੍ਹਾ ਬਹੁਤਾ, ਆਪਣੀ ਜ਼ਿੰਦਗੀ ਜਿੰਨਾ ਵੀ ਦੇ ਸਕਦੇ ਜੀ, ਜ਼ਰੂਰੀ ਨਹੀਂ ਵੀ ਰੋਜ਼, ਹਫ਼ਤੇ ਬਾਅਦ, ਮਹੀਨੇ ਬਾਅਦ, ਜਦੋਂ ਵੀ ਤੁਸੀਂ ਟਾਈਮ ਕਰ ਸਕਦੇ ਟਾਈਮ ਕੱਢੋ, ਉਹਦੇ ਤੁਹਾਨੂੰ ਪੋਜ਼ਿਟਿਵਿਟੀ ਬਣੀ ਰਹਿੰਦੀ ਆ, ਥੋੜ੍ਹੀ ਬਹੁਤੀ ਜ਼ਿੰਦਗੀ ਜਿਹੜੀ ਆ ਕਮਾਈ ਕਿਉਂ ਕਰਨੀ ਆ ਉਹਦਾ ਮੀਨਿੰਗ ਸਾਨੂੰ ਪਤਾ ਲੱਗਦਾ। ਇਹ ਸਾਡੀ ਦਾਲ ਆ ਚੁੱਕੀ ਆ, ਹੁਣ ਆਪਾਂ ਇੱਥੋਂ ਛਕਦੇ ਹਾਂ ਪ੍ਰਸ਼ਾਦਾ, ਦਾਲ ਦਾ ਸਵਾਦ ਮੈਨੂੰ ਠੀਕ ਲੱਗਾ ਵਧੀਆ ਸੀ, ਕੋਈ ਚੱਕਰ ਨਹੀਂ, ਬਾਲਟੀ ਭਰੀ ਅਤੇ ਮੈਂ ਹੁਣ ਅੱਧੀ ਕੁ ਬਾਲਟੀ ਮੁਕਾਉਣ ਦੀ ਕੋਸ਼ਿਸ਼ ਪੂਰੀ ਕੀਤੀ। ਆਹ ਵੀ ਜਗ੍ਹਾ ਇੱਕ ਫੋਟੋ ਕੋਨਿੰਗ ਜਗ੍ਹਾ ਵਾ, ਇੱਥੇ ਵੀ ਜਿਹੜੇ ਲੋਕ ਆ ਖਲੋ ਕੇ ਫੋਟੋਆਂ ਖਿਚਾਉਂਦੇ ਨੇ, ਵੱਡਾ ਸਾਰਾ ਇੰਜਨ ਆ, ਇੱਥੇ ਸੈਲਫੀਆਂ ਵਗੈਰਾ ਲੈਂਦੇ ਨੇ, ਕੁਰਸੀਆਂ 'ਤੇ ਬਹਿ ਕੇ ਕੋਈ ਆਪਣੀਆਂ ਯਾਦਾਂ ਸੋਚ ਰਿਹਾ ਵਾ ਕੁਝ ਕੁਝ। ਆ ਸਾਹਮਣੇ ਵੇਖੋ ਇੱਕ ਸੀਨੀਅਰ ਲੇਡੀ ਆ ਪਰਿਵਾਰ ਦੀ ਜਾਪਦੀ, ਜਾਂ ਤਾਂ ਪਾਰਟੀ ਦੇ ਰਹੀ ਹੈ ਅਤੇ ਜਾਂ ਆਪਣਾ ਹੁਕਮ ਚਲਾ ਰਹੀ ਹੈ ਪਰਿਵਾਰ 'ਤੇ, ਮੇਰੇ ਹਿਸਾਬ ਨਾਲ ਪਾਰਟੀ ਹੀ ਹੋਏਗੀ। ਉਹ ਸਾਰਿਆਂ ਨੂੰ ਸੁਜੈਸਟ ਕਰ ਰਹੀ ਆ ਵੀ ਚਲੋ ਅੰਦਰ, ਅਤੇ ਆਹ ਕੁਝ ਆਪਣੀਆਂ ਸੋਚਾਂ 'ਚ ਪਏ ਨੇ
ਆ ਕੁਝ ਟਹਿਰ ਰਹੇ ਨੇ। ਇੰਜਨ ਕੱਢਤਾ ਗਿਆ ਵਾ, ਸਾਰੇ ਬਟਨ ਬੁਟਨ ਕੱਢ ਕੇ ਇਹਨਾਂ ਨੇ ਆਪਣੀ ਰਸੋਈ ਬਣਾ ਲਈ ਹੈ ਜੀ ਇੱਥੇ, ਵੇਖੋ ਤੁਸੀਂ। ਤਾਂ ਹੀ ਪਾਇਲਟ ਸਾਹਿਬ ਭੱਜੇ ਫਿਰਨ ਦੇ ਨੇ ਨਾਲ ਹੀ ਉਹਨਾਂ ਦੇ, ਕਿਉਂਕਿ ਪਾਇਲਟ ਨੂੰ ਚਲਾਉਣ ਲਈ ਜਗ੍ਹਾ ਹੀ ਹੈ ਨਹੀਂ। ਫੋਟੋਆਂ ਵਗੈਰਾ ਖਿੱਚਦੇ ਆਉਂਦੇ ਆ ਲੋਕ ਤੇ ਖਿੱਚਦੇ ਜਾਂਦੇ ਆ। ਇੱਕ ਸੋਹਣਾ ਪੁਆਇੰਟ ਬਣ ਗਿਆ ਜੀ ਅੰਮ੍ਰਿਤਸਰ 'ਚ ਡਿਫਰੈਂਟ, ਕਿਉਂਕਿ ਰਸੋਈ 50 ਹਵੇਲੀਆਂ ਵਗੈਰਾ ਕਈ ਕੁਝ ਹੀ, ਪਰ ਆਹ ਚੀਜ਼ ਨਹੀਂ ਹੈਗੀ ਵੀ ਕੋਈ ਸਿੱਧਾ ਹੀ ਲੈ ਕੇ ਜਹਾਜ਼ ਹੀ ਰੱਖਦੇ। ਉਹਨਾਂ ਜਹਾਜ਼ ਹੀ ਰੱਖ ਕੇ ਤੇ ਦੱਸਤਾ ਵੀ ਅਸੀਂ ਪੰਜਾਬੀ ਘੱਟ ਨਹੀਂ ਹੁੰਦੇ, ਅਸੀਂ ਬਥੇਰੇ ਪਾਪੜ ਵੇਲਦੇ ਹਾਂ। ਹੁਣ ਹਵੇਲੀ ਵਿੱਚ ਸਾਡੀ ਕੌਫੀ ਅਤੇ ਸਾਡੀਆਂ ਜਲੇਬੀਆਂ ਆ ਚੁੱਕੀਆਂ ਨੇ, ਜਲੇਬੀਆਂ ਖਾ ਕੇ ਆਪਾਂ ਇੱਥੋਂ ਜਾਣਾ ਵਾ। ਅਤੇ ਚੈਨਲ 'ਤੇ ਨਵੇਂ ਜਿਹੜੇ ਸਬਸਕ੍ਰਾਈਬ ਕਰਿਓ, ਵੀਡੀਓ 'ਚ ਕਾਫੀ ਚੰਗਾ ਲੱਗਿਆ ਲਾਈਕ ਕਰ ਦਿਓ ਜ਼ਰੂਰ ਜੀ, ਕੋਈ ਕਮੈਂਟ ਕਰ ਦਿਓ ਅਤੇ ਜ਼ਰੂਰ ਇੱਥੇ ਭੋਜਨ ਦਾ ਆਨੰਦ ਮਾਨਣ ਜਾਓ। ਅੰਮ੍ਰਿਤਸਰ ਸਾਹਿਬ ਜੰਡਿਆਲਾ ਗੁਰੂ ਦਾ ਪ੍ਰੋਪਰ ਐਡਰੈਸ ਆ। ਅਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਪੂਰੀ ਸਤਿ ਸ਼੍ਰੀ ਅਕਾਲ, ਹੱਸਦੇ ਰਹੋ, ਵੱਸਦੇ ਰਹੋ ਅਤੇ ਜਿੰਦਾ ਦਿਨ ਆਪਣੀ ਜ਼ਿੰਦਗੀ ਜਿਉਂਦੇ ਰਹੋ ਜੀ ਪੰਜਾਬੀਓ।